ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਬਹੁਤਾ ਬੋਲਣ ਚੱਖਣ ਹੋਏ ਵਿਣ
ਬੱਚਾ ਛੋਟਾ ਜਿਹਾ ਮੰਨ ਲਓ ਮਹੀਨੇ ਕੁ ਦਾ ਬੱਚਾ ਹੈ, ਉਹ ਰੋਂਦਾ ਹੈ ਨਾ ਅਤੇ ਮਾਂ ਦੇ ਮਨ ਨੂੰ ਖਿੱਚ ਪੈਂਦੀ ਹੈ। ਮਾਂ ਨੂੰ ਪਤਾ ਹੈ ਮੇਰੇ ਬੱਚੇ ਨੂੰ ਕੀ ਚਾਹੀਦਾ, ਕਿਉਂ ਰੋ ਰਿਹਾ ਹੈ, ਮਾਂ ਨੱਠ ਕੇ ਆਉਂਦੀ ਹੈ। ਅਤੇ ਸਤਿਗੁਰੂ ਜੀ ਕਹਿੰਦੇ ਵਿਣ ਬੋਲੇ ਜਾਣੈ ਸਭ ਸੋਏ, ਉਹ ਪਰਮਾਤਮਾ ਵੀ ਮਾਂ ਵਰਗਾ ਹੈ, ਬਿਨਾਂ ਬੋਲਿਆਂ ਤੇਰੇ ਮਨ ਦੀਆਂ ਸਭ ਜਾਣਦਾ ਹੈ। ਆਖੋ ਸਤਨਾਮ ਸ੍ਰੀ। ਬੱਚਾ ਰੋਂਦਾ ਹੈ ਨਾ, ਮਾਂ ਨੱਠ ਕੇ ਆਉਂਦੀ ਹੈ, ਜਾਂ ਬੱਚਾ ਆਵਾਜ਼ ਮਾਰੇ ਮਾਂ ਨੱਠ ਕੇ ਆਉਂਦੀ ਹੈ, ਤੂੰ ਵਾਹਿਗੁਰੂ 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 ਜਪਦਾ ਰਿਹਾ ਕਰ, ਉਹਨੇ ਵੀ ਆ ਜਾਣਾ ਹੈ। ਆਖੋ ਸਤਨਾਮ ਸ੍ਰੀ, ਉਹ ਵੀ ਕਿਰਪਾ ਕਰਦਾ ਹੈ। ਅਤੇ ਸਤਿਗੁਰ ਜੀ ਹੁਕਮਨਾਮੇ ਵਿੱਚ ਕਹਿੰਦੇ ਬਿਣ ਬੋਲੇ ਜਾਣਾ ਸਭ ਸੋਏ, ਬਿਨਾਂ ਬੋਲਿਆਂ ਤੇਰੇ ਦੁੱਖਾਂ ਦਾ ਕਾਰਨ ਉਹ ਜਾਣਦਾ ਹੈ ਵੀ ਤੂੰ ਦੁਖੀ ਕਿਉਂ ਹੈ। ਉਹਨੂੰ ਦੱਸਣ ਦੀ ਲੋੜ ਨਹੀਂ। ਕਿ ਆਰੰਭਤਾ ਕਰਦੇ ਕਹਿੰਦੇ ਜੀ ਉਹ ਤਪਤ ਹੈ ਬਾਹਰੋਂ ਬਾਹਰ, ਤਪ ਤਪ ਖਪੈ ਬਹੁਤ ਬੇਕਾਰ, ਕਹਿੰਦੀ ਹੈ ਹਿਰਦਾ ਨਾਮ ਤੋਂ ਬਿਨਾਂ ਨਾ ਤਪਦਾ ਹੀ ਰਹਿੰਦਾ ਹੈ, ਤਪਦਾ ਹੀ ਰਹਿੰਦਾ ਹੈ। ਇਹਨੂੰ ਚੈਨ ਨਹੀਂ, ਇਹਨੂੰ ਸ਼ਾਂਤੀ ਨਹੀਂ। ਜੈ ਤਾਨੇ ਬਾਣੀ ਵਿਸਰ ਜਾਏ, ਜਿਸ ਜੀਵ ਨੂੰ ਬਾਣੀ ਵਿਸਰ ਜਾਂਦੀ ਹੈ, ਰੱਬ ਭੁੱਲ ਜਾਂਦਾ ਹੈ, ਉਹਦੀ ਹਾਲਤ ਕੀ ਹੋ ਜਾਂਦੀ ਹੈ। ਜੋ ਪੱਕਾ ਰੋਗੀ ਬਿਲ ਲਾਏ, ਕਿਸੇ ਨੂੰ ਸਰੀਰਕ ਕੋਹੜ ਦਾ ਰੋਗ ਲੱਗਿਆ ਹੋਵੇ, ਉਹ ਰੋਗ ਨਾਲ ਤੜਪਦਾ ਹੈ, ਦੁਖੀ ਹੁੰਦਾ ਹੈ। ਕਹਿੰਦੇ ਜਿਹਨੂੰ ਰੱਬ ਭੁੱਲ ਜਾਵੇ ਉਹਦੀ ਹਾਲਤ ਐਸੀ ਹੋ ਜਾਂਦੀ ਹੈ। ਆਖੋ ਸਤਨਾਮ ਸ੍ਰੀ। ਅਤੇ ਫਿਰ ਜੇ ਦੁਖੀ ਹਾਂ ਤਾਂ ਫਿਰ ਰੱਬ ਨੂੰ ਉਲਾਂਭੇ ਦੇਣੇ ਵੀ ਮੈਂ ਦੁਖੀ ਕਿਉਂ ਹਾਂ, ਮੈਨੂੰ ਦੁੱਖ ਕਿਉਂ ਹੈ। ਅਤੇ ਹੁਕਮਨਾਮੇ ਵਿੱਚ ਗੁਰੂ ਜੀ ਕਹਿੰਦੇ ਬਿਣ ਬੋਲੇ ਜਾਣੈ ਸਭ ਸੋਏ, ਬਿਨਾਂ ਬੋਲਿਆਂ ਤੇਰੇ ਦੁੱਖਾਂ ਦਾ ਕਾਰਨ ਜਾਣਦਾ ਹੈ। ਜੇ ਨਾਮ ਜਪੇਗਾ ਭਲਾ ਵੀ ਤੇਰਾ ਹੈ, ਨਹੀਂ ਜਪੇਗਾ ਤਾਂ ਘਾਟਾ ਵੀ ਤੇਰਾ ਹੈ। ਇਸੇ ਕਰਕੇ ਸਤਿਗੁਰੂ ਜੀ ਵਾਰ ਵਾਰ ਸਾਨੂੰ ਕਹਿੰਦੇ ਨਾਮ ਜਪਿਆ ਕਰ, ਨਾਮ ਜਪਿਆ ਕਰ। ਹੁਕਮਨਾਮੇ ਦੀਆਂ ਪੰਕਤੀਆਂ ਸਤਿਗੁਰੂ ਜੀ ਕਹਿੰਦੇ ਜਿਨ ਕੰਨ ਕੀਤੇ ਅੱਖੀ ਨਾਕ, ਜਿਸ ਪਰਮਾਤਮਾ ਨੇ ਤੈਨੂੰ ਇਹ ਕੰਨ ਦਿੱਤੇ ਨੇ ਨਾ ਬਾਣੀ ਸੁਣਿਆ ਕਰ, ਹੱਥ ਦਿੱਤੇ ਨੇ ਨਾ ਸੇਵਾ ਕਰਿਆ ਕਰ, ਅੱਖਾਂ ਦਿੱਤੀਆਂ ਨੇ ਗੁਰੂ ਦੇ ਦਰਸ਼ਨ ਕਰਿਆ ਕਰ, ਪੈਰ ਦਿੱਤੇ ਨੇ ਚੱਲ ਕੇ ਗੁਰੂ ਦੇ ਦੁਆਰੇ 'ਤੇ ਆਇਆ ਕਰ। ਜਿਨ ਪਰਮਾਤਮਾ ਨੇ ਇਹ ਸੋਹਣਾ ਸਰੀਰ ਜਿੱਤਾ ਹੈ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਇਹ ਜੀਵ ਦਿੱਤੀ ਹੈ ਨਾ ਜਿਹੜੀ ਫਟਾਫਟ ਬੋਲਦੀ ਹੈ, ਇਹਦੇ ਨਾਲ ਜਿੱਥੇ ਚੁਗਲੀ ਨਿੰਦਿਆ ਕਰਦਾ ਹੈ, ਹੋਰ ਗੱਲਾਂ ਕਰਦਾ ਹੈ, ਉੱਥੇ ਗੁਰੂ ਦੇ ਗੁਣ ਵੀ ਗਾਇਆ ਕਰ। ਆਖੋ ਸਤਨਾਮ ਸ੍ਰੀ। ਗੁਰੂ ਦੇ ਗੁਣਾਂ ਨੂੰ ਗਾਇਆ ਕਰ, ਉਹਦੀ ਭਗਤੀ ਕਰਿਆ ਕਰ। ਜਿਨ ਮਨ ਰਾਖਿਆ ਅਗਨੀ ਪਾਏ, ਵਾਜਾ ਪਵਣ ਆਖੈ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ। ਜੇ ਦੁਨੀਆਂ ਦੇ ਸਵਾਦਾਂ ਵਿੱਚ ਹੀ, ਜੀਵ ਦੇ ਸਵਾਦਾਂ ਵਿੱਚ ਹੀ ਲੱਗਿਆ ਰਿਹਾ, ਨਾਮ ਨਾ ਜਪਿਆ ਤੇ ਯਾਦ ਰੱਖ, ਸਭਾ ਕਾਲਖ ਦਾਗਾ ਦਾਗ। ਇਸ ਮੱਥੇ 'ਤੇ ਐਸੇ ਦਾਗ ਲਵਾ ਕੇ ਦੁਨੀਆਂ ਤੋਂ ਜਾਵੇਗਾ ਨਾਮ ਸਿਮਰਨ ਤੋਂ ਬਿਨਾਂ। ਅਤੇ ਸਤਿਗੁਰੂ ਜੀ ਕਹਿੰਦੇ ਦਾਗ ਦੋਸਤ ਮੋਹੇ ਚੱਲਿਆ ਲਾਏ, ਦਰਗਹਿ ਬੈਸਣ ਨਾਹੀ ਜਾਏ। ਕਹਿੰਦੇ ਦਰਗਾਹ ਵਿੱਚ ਵੀ ਗੁਰੂ ਚਰਨਾਂ ਵਿੱਚ ਥਾਂ ਨਹੀਂ ਮਿਲਣੀ ਜੇ ਨਾਮ ਨਾ ਜਪਿਆ। ਆਖੋ ਸਤਨਾਮ ਸ੍ਰੀ। ਜੇ ਨਾਮ ਦੀ ਕਮਾਈ ਹੋਵੇਗੀ ਨਾ ਤਾਂ ਅੱਗੇ ਗੁਰੂ ਚਰਨਾਂ ਵਿੱਚ ਤੈਨੂੰ ਥਾਂ ਮਿਲੇਗੀ। ਅਤੇ ਸਤਿਗੁਰੂ ਜੀ ਐਂਡਲੀਆਂ ਪੰਕਤੀਆਂ ਵਿੱਚ ਕਹਿੰਦੇ ਕਰਮ ਮਿਲੈ ਆਖਣ ਤੇਰਾ ਨਾਮ,
ਅੱਗੇ ਕਰਮਾਂ ਦੀ ਗੱਲ ਕਰਦੇ ਹਾਂ। ਕਰਮਾਂ ਤੋਂ ਬਿਨਾਂ, ਉਹਦੀ ਕਿਰਪਾ ਤੋਂ ਬਿਨਾਂ ਨਾਮ ਵੀ ਜਪਿਆ ਨਹੀਂ ਜਾਂਦਾ। ਜਿਹਦੇ ਪਿਛਲੇ ਕੋਈ ਚੰਗੇ ਕਰਮ ਕੀਤੇ ਹਨ ਪਿਛਲੇ, ਉਹ ਇਸ ਜਨਮ ਵਿੱਚ ਉਹਦੀ ਭਗਤੀ ਵਿੱਚ ਜੁੜਿਆ, ਉਹਦੀ ਸੇਵਾ ਵਿੱਚ ਜੁੜਿਆ। ਅਤੇ ਸਤਿਗੁਰੂ ਜੀ ਕਹਿੰਦੇ ਕਰਮ ਮਿਲੇ ਆਖਣ ਤੇਰਾ ਨਾਮ, ਕਰਮਾਂ ਤੋਂ ਬਿਨਾਂ ਉਹਦੀ ਕਿਰਪਾ ਤੋਂ ਬਿਨਾਂ ਨਾਮ ਵੀ ਜਪਿਆ ਨਹੀਂ ਜਾਂਦਾ। ਪਰ ਜਿਹਦੇ 'ਤੇ ਉਹਦੀ ਰਹਿਮਤ ਹੋ ਜਾਵੇ, ਕਿਰਪਾ ਹੋ ਜਾਵੇ, ਉਹ ਕਰਮ ਬਦਲ ਵੀ ਸਕਦਾ ਹੈ ਅਤੇ ਮਾੜੇ ਪਾਸਿਓਂ ਬਚਾ ਕੇ ਆਪਣੇ ਚਰਨੀ ਵੀ ਜੋੜ ਸਕਦਾ ਹੈ। ਉਹਦੇ ਹੱਥ ਵਿੱਚ ਸਭ ਕੁਛ ਹੈ। ਅਤੇ ਸਤਿਗੁਰੂ ਜੀ ਕਹਿੰਦੇ ਦਿੱਤ ਲੱਗ ਤਰਨਾ ਹੋਰ ਨਹੀਂ ਥਾਂ, ਦੁਨੀਆਂ 'ਤੇ ਕੋਈ ਐਸੀ ਥਾਂ ਨਹੀਂ ਜਿੱਥੇ ਜਾ ਕੇ ਆਪਣੇ ਦੁੱਖੜੇ ਸੁਣਾਈਏ, ਅਸੀਂ ਇਸ ਸੰਸਾਰ ਸਮੁੰਦਰ ਤੋਂ ਤਰ ਜਾਈਏ। ਕੇਵਲ ਅਤੇ ਕੇਵਲ ਗੁਰੂ ਨਾਨਕ ਦਾ ਘਰ ਹੈ ਜਿੱਥੇ ਬਾਣੀ ਕਹਿੰਦੀ ਹੈ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਦੁਨੀਆਂ 'ਤੇ ਕੋਈ ਐਸਾ ਗੁਰੂ ਕਦੇ ਦੇਖਿਆ ਹੈ ਜਿਹੜਾ ਕਹਿੰਦਾ ਹੋਵੇ ਮੇਰੇ ਕੋਲ ਆਓ, ਦੁੱਖ ਦੇ ਕੇ ਸੁੱਖ ਲੈ ਜਾਓ? ਕੋਈ ਵੀ ਨਹੀਂ ਕਹਿੰਦਾ, ਪਰ ਗੁਰੂ ਨਾਨਕ ਕਹਿ ਰਹੇ ਨੇ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਕਹਿੰਦੇ ਮੇਰੇ ਕੋਲ ਆਓ, ਦੁੱਖ ਛੱਡ ਕੇ ਸੁੱਖ ਲੈ ਜਾਓ। ਹੈ ਕੋਈ ਐਸਾ ਦੁਨੀਆਂ 'ਤੇ ਘਰ? ਕੋਈ ਵੀ ਨਹੀਂ। ਅਤੇ ਸਤਿਗੁਰੂ ਜੀ ਕਹਿੰਦੇ ਜਿਸ ਕੋਲ ਨਾਮ ਦੀ ਦਾਤ ਹੋਵੇ ਨਾ ਸਿਮਰਨ ਹੋਵੇ, ਜੇ ਕੋ ਡੁੱਬੈ ਫਿਰ ਹੋਵੇ ਸਾਰ। ਇਸ ਸੰਸਾਰ ਸਮੁੰਦਰ ਵਿੱਚ ਪਹਿਲੀ ਗੱਲ ਤਾਂ ਉਹ ਡੁੱਬਦਾ ਹੀ ਨਹੀਂ, ਜੇ ਡੁੱਬਣ ਲੱਗੇ ਤਾਂ ਗੁਰੂ ਨਾਨਕ ਬਾਂਹ ਫੜ ਕੇ ਬਾਹਰ ਕੱਢ ਲੈਂਦੇ ਨੇ। ਆਖੋ ਸਤਨਾਮ ਸ੍ਰੀ, ਐਸੀ ਹੈ ਨਾਮ ਦੀ ਪਾਵਰ। ਸੋ ਗੁਰੂ ਕਿਰਪਾ ਕਰਨ, ਸਾਰੀ ਸੰਗਤ 'ਤੇ, ਸਾਰੇ ਪਰਿਵਾਰ 'ਤੇ ਵੀ ਕਿਰਪਾ ਬਣਾ ਕੇ ਰੱਖਣ, ਸਭਨਾਂ ਨੂੰ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ। ਸੋ ਮਿਲ ਕੇ ਬੁਲਾਓ ਫਤਿਹ ਵਾਹਿਗੁਰੂ।